ਗੁੱਡ ਮਾਰਨਿੰਗ ਸਟੂਡੈਂਟਸ ਅੱਜ ਦੀ ਆਪਣੀ ਦੂਜੀ ਵੀਡੀਓ ਹੈ ਜੀ ਪੰਜਾਬ ਟੈਟ ਦੀ ਜਿਹੜੀ ਕਿ ਹੈਗੀ ਸਾਇੰਸ ਐਂਡ এনवायरमेंट ਤੇ ਛੋਟੇ ਜਿਹੜੇ ਜਿਹੜਾ ਮਕੈਲੇ 1 ਤੋਂ ਲੈ ਕੇ 5 ਤੱਕ ਦਾ ਜਿਹੜਾ ਪੇਪਰ ਆਣਾ ਪੀ ਟੈਟ ਫਰਸਟ ਉਹਦੇ ਲਈ ਵੀ ਇਹ ਇੰਪੋਰਟੈਂਟ ਹੈ ਪੀ ਟੈਟ 2 ਲਈ ਵੀ ਇੰਪੋਰਟੈਂਟ ਹੈ ਜਿਹੜੇ ਬੱਚੇ ਸਾਇੰਸ ਦੀ ਫੀਲਡ ਦੇ ਨੇ ਅੱਜ ਆਪਾਂ ਪੜਾਂਗੇ ਯੂਨੀਵਰਸ ਬਾਰੇ ਟੋਟਲ ਕਿੰਨੇ ਪਲੈਨਟ ਹੁੰਦੇ ਨੇ 8 ਪਲੈਨਟ ਹੁੰਦੇ ਨੇ ਜਿਨ੍ਹਾਂ ਨੂੰ ਗ੍ਰਹਿ ਕਹਿੰਦੇ ਨੇ ਉਪਗ੍ਰਹਿ ਗ੍ਰਹਿ ਉਹ ਚੀਜ਼ ਪੜਨੀ ਆਪਾਂ ਗ੍ਰਹਿ ਟੋਟਲ ਇਹਨੂੰ ਯਾਦ ਕਰਨ ਦਾ ਬਿਲਕੁਲ ਸੌਖਾ ਜਿਹਾ ਤਰੀਕਾ ਹੈ ਆ ਕੁਝ ਬਾਤ ਦੀਆਂ ਗੱਲਾਂ ਨੇ ਪਹਿਲਾਂ ਪੜੋ ਇੱਥੋਂ ਮਾਈ ਵੈਰੀ ਐਜੂਕੇਟਿਡ ਮਦਰ ਜਸਟ ਸ਼ੋ ਯੂ 9 ਸਿੰਪਲ ਜੀ ਗੱਲ ਹੈ ਐਮ ਮਤਲਬ ਮਰਕਰੀ ਵੀ ਮਤਲਬ ਵੀਨਸ ਈ ਮਤਲਬ ਅਰਥ ਐਮ ਮਤਲਬ ਫਿਰ ਮਾਰਸ ਜੁਪੀਟਰ ਸੈਟਰਨ ਯੂਰਨਸ ਨੇਪਚੂਨ ਹੁਣ ਗੱਲ ਆ ਗਈ ਇਹਨਾਂ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਨੇ ਮਰਕਰੀ ਨੂੰ ਕਹਿੰਦੇ ਨੇ ਬੁੱਧ ਸ਼ੁਕਰ ਧਰਤੀ ਮੰਗਲ ਬ੍ਰਹਸਪਤੀ ਸ਼ਨੀ ਇਹ ਮੈਂ ਉਲਟ ਲਿਖ ਲਿਆ ਸੀਗਾ ਜਿਹੜਾ ਯੂਰਨਸ ਹੈ ਇਹਨੂੰ ਅਰुण ਕਹਿੰਦੇ ਨੇ ਨੇਪਚੂਨ ਨੂੰ ਵਰੁਣ ਕਹਿੰਦੇ ਨੇ ਹੁਣ ਆ ਗਈ ਇਹਨਾਂ ਬਾਰੇ ਪੜਨਾ ਇਕੱਲੇ ਇਕੱਲੇ ਬਾਰੇ ਸਭ ਤੋਂ ਜਿਹੜਾ ਸਮਾਲੈਸਟ ਹੈ ਉਹ ਹੈਗਾ ਮਰਕਰੀ ਸਭ ਤੋਂ ਨੇੜੇ ਸੂਰਜ ਦੇ ਕਿਹੜਾ ਹੈ ਮਰਕਰੀ ਸਭ ਤੋਂ ਵਧੀਆ ਤਰੀਕਾ ਇਹ ਐ ਇਦਾਂ ਲਿਖੋ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਇਹ ਸਭ ਤੋਂ ਨੇੜੇ ਆ ਸੂਰਜ ਦੇ ਜਿਹੜਾ ਸਭ ਤੋਂ ਪਹਿਲਾਂ ਸਭ ਤੋਂ ਨੇੜੇ ਤੇ ਸਭ ਤੋਂ ਗਰਮ ਵੀ ਇਹੀ ਆ ਮਰਕਰੀ ਫੇਰ ਆ ਗਿਆ ਜੀ ਸ਼ੁਕਰ ਗ੍ਰਹਿ ਸ਼ੁਕਰ ਗ੍ਰਹਿ ਜਿਹੜਾ ਐ ਸਭ ਤੋਂ ਵੱਧ ਸ਼ਾਈਨਿੰਗ ਗ੍ਰਹਿ ਆ 95% ਇਹਦੇ ਵਿੱਚ CO2 ਹੁੰਦੀ ਆ ਕਾਰਬਨ ਡਾਈ ਆਕਸਾਈਡ ਇਹਨੂੰ ਸਿਸਟਰ ਆਫ ਅਰਥ ਵੀ ਕਿਹਾ ਜਾਂਦਾ ਫੇਰ ਆ ਗਿਆ ਜੀ ਧਰਤੀ ਧਰਤੀ ਇਟ ਇਜ਼ ਕਾਲਡ ਬਲੂ ਪਲੈਨਟ ਨੀਲਾ ਗ੍ਰਹਿ ਵੀ ਕਿਹਾ ਜਾਂਦਾ ਇਹਨੂੰ ਫਿਰ ਆ ਗਿਆ ਮਾਰਸ ਜਿਹਨੂੰ ਮੰਗਲ ਗ੍ਰਹਿ ਕਹਿੰਦੇ ਨੇ ਰੈੱਡ ਲਾਲ ਗ੍ਰਹਿ ਵੀ ਕਹਿੰਦੇ ਨੇ ਇਹਨੂੰ ਯਾਦ ਰੱਖਣਾ ਕਿਹਨੂੰ ਲਾਲ ਗ੍ਰਹਿ ਕਿਹਾ ਜਾਂਦਾ ਹੈ ਮੰਗਲ ਨੂੰ ਲਾਈਫ ਇਜ਼ ਪੋਸੀਬਲ ਮੈਨੀ ইয়ারਸ ਕਿੱਥੇ ਮਾਰਸ ਤੇ ਕੁਝ ਸਾਲਾਂ ਪਹਿਲਾਂ ਬਹੁਤ ਸਾਲਾਂ ਪਹਿਲਾਂ ਕਹਿ ਲਓ ਜਿਹੜੀ ਲਾਈਫ ਸੀਗੀ ਪੋਸੀਬਲ ਸੀਗੀ ਫਿਰ ਆ ਗਿਆ ਜੀ ਬ੍ਰਹਸਪਤੀ ਸਭ ਤੋਂ ਹੈਵੀ ਤੇ ਸਭ ਤੋਂ ਵੱਡਾ ਉਹ ਕਿਹੜਾ ਹੈ ਬ੍ਰਹਸਪਤੀ ਸਭ ਤੋਂ ਠੰਡਾ ਕਿਹੜਾ ਹੁੰਦਾ ਸ਼ਨੀ ਗ੍ਰਹਿ ਸੈਟਰਨ ਦੂਜਾ ਸ਼ਨੀ ਗ੍ਰਹਿ ਦੂਜਾ ਸਭ ਤੋਂ ਹੈਵੀ ਗ੍ਰਹਿ ਆ ਫਿਰ ਆ ਗਿਆ ਜੀ ਜਿਹੜਾ ਸੂਰਜ ਹੈ ਉਹ ਕਾਦਾ ਬਣਿਆ ਹੁੰਦਾ ਇਹ ਪੁੱਛਿਆ ਜਾ ਸਕਦਾ ਹਾਈਡਰੋਜਨ ਐਂਡ ਹੀਲੀਅਮ ਸੂਰਜ ਕਾਦਾ ਬਣਿਆ ਹੁੰਦਾ ਹਾਈਡਰੋਜਨ ਐਂਡ ਹੀਲੀਅਮ ਤੋਂ ਬਣਿਆ ਹੁੰਦਾ ਸਭ ਤੋਂ ਲਾਰਜੇਸਟ ਸਟਾਰ ਨੀਅਰ ਅਰਥ ਅਰਥ ਦੇ ਨੇੜੇ ਸਭ ਤੋਂ ਵੱਡਾ ਜਿਹੜਾ ਸਾਰੇ ਉਹਨੂੰ ਸੂਰਜ ਕਿਹਾ ਜਾਂਦਾ ਫਿਰ ਅੱਗੇ ਆ ਗਿਆ ਜੀ ਪਾਰਟਸ ਆਫ ਅਰਥ ਅਰਥ ਕਿੰਨੀ ਤਰ੍ਹਾਂ ਦੀ ਹੁੰਦੀ ਹੈ ਅਰਥ ਦੀਆਂ ਪਰਤਾਂ ਕਹਿ ਲੋ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਨੇ ਕਰਸਟ ਮੈਟਲ ਕੋਰ ਇਹ ਪੁੱਛਿਆ ਜਾ ਸਕਦਾ ਕੁਐਸਚਨ ਠੀਕ ਹੈ ਜੀ ਸਭ ਤੋਂ ਉੱਪਰਲੀ ਇਹ ਹੁੰਦੀ ਹੈ ਫਿਰ ਇਹ ਫਿਰ ਇਹ ਫਿਰ ਆ ਗਿਆ 올 ਪਲੈਨਟਸ 무ਵ ਇਨ ਕਲੌਕਵਾਇਜ਼ ਸਾਰੇ ਪਲੈਨਟ ਜਿਹੜੇ ਨੇ ਕਲੌਕਵਾਇਜ਼ ਡਾਇਰੈਕਸ਼ਨ ਚ ਘੁੰਮਦੇ ਨੇ ਸੰਦੇ ਦਿਵਾਲੇ ਬਟ ਜਿਹੜਾ ਵੀਨਸ ਹੁੰਦਾ ਉਹ ਐਂਟੀਕਲੌਕਵਾਈਸ ਘੁੰਮਦਾ ਇਨਫੀਰੀਅਰ ਪਲੈਨੈਟਸ ਕਿਹੜੇ ਹੁੰਦੇ ਨੇ ਮਰਕਰੀ ਤੇ ਵੀਨਸ ਜਿਹੜਾ ਜੂਪੀਟਰ ਹੁੰਦਾ ਉਹ 1300 ਗੁਣਾ ਵੱਡਾ ਹੁੰਦਾ ਧਰਤੀ ਤੋਂ ਸਾਈਜ਼ ਦੇ ਵਿੱਚ ਇੱਕ ਓਨਲੀ ਪਲੈਨੈਟ ਹੈ ਜਿਹਦੀਆਂ 13 ਨੇਚਰਲ ਸੈਟੇਲਾਈਟਸ ਨੇ ਓਨਲੀ ਪਲੈਨੈਟ ਜਿਹਦੀਆਂ 13 ਨੇਚਰਲ ਸੈਟੇਲਾਈਟਸ ਨੇ ਮੋਸਟ ਬਿਊਟੀਫੁਲ ਪਲੈਨਟ ਕਿਹੜਾ ਹੈ ਸਭ ਤੋਂ ਬਿਊਟੀਫੁਲ ਪਲੈਨਟ ਕਿਹੜਾ ਹੈ ਸੈਟਰਨ ਸ਼ਨੀ ਗ੍ਰਹਿ ਯੂਰਨਸ ਕੀ ਹੈ ਠੰਡਾ ਕਵਰ ਕਾਦੇ ਨਾਲ ਆ ਆਈਸ ਨਾਲ ਬਰਫ਼ ਨਾਲ ਕਵਰ ਕੀਤਾ ਹੋਇਆ ਫਿਰ ਆ ਗਿਆ ਜੀ ਅਗਲਾ 1 ਲਾਈਟ ਇਅਰ ਇੱਕ ਪ੍ਰਕਾਸ਼ ਵਰਾ ਕਾਦੇ ਬਰਾਬਰ ਹੁੰਦਾ 9.46 10 ਦੀ ਪਾਵਰ 12 ਯਾਦ ਰੱਖਣਾ ਇਹ ਫਿਰ ਆ ਗਈ ਗੈਲੈਕਸੀ ਗੈਲੈਕਸੀ ਕੀ ਹੁੰਦੀ ਆ ਸਾਰਿਆਂ ਦਾ ਇੱਕ ਸਮੂਹ ਆ ਜਿਹੜਾ ਉਹਨੂੰ ਗੈਲੈਕਸੀ ਕਿਹਾ ਜਾਂਦਾ ਹੈ ਜਿਹੜੀ ਸਾਡੀ ਗੈਲੈਕਸੀ ਹੈ ਉਹਦਾ ਕੀ ਨਾਮ ਹੈ ਮਿਲਕੀ ਵੇ ਅੱਗੇ ਕੁਐਸਚਨ ਪੜ੍ਹਾਂਗੇ ਮੈਂ ਪਹਿਲਾਂ ਹੀ ਦੱਸ ਦਿੰਦਾ ਵੀ ਜਿਹੜੇ ਮਿਲਕੀ ਵੇ ਸੀਗੀ ਗੈਲੈਕਸੀ ਇਹਨੂੰ ਕਿਹਨੇ ਖੋਜ ਕਿਨਾ ਕੀਤੀ ਸੀ ਇਹਦੀ ਗਲੀਲੀਓ ਨੇ ਦੂਰਬਿੰਦ ਦੀ ਖੋਜ ਵੀ ਉਹਨੇ ਕੀਤੀ ਸੀਗੀ ਤੇ ਉਹਨੇ ਦੇਖਿਆ ਸੀ ਮਿਲਕੀ ਵੇ ਇਹਦੀ ਖੋਜ ਕੀਤੀ ਸੀਗੀ ਗਲੀਲੀਓ ਨੇ ਸਟਾਰਸ ਕਿੰਨੇ ਹੁੰਦੇ ਨੇ ਤਾਰੇ ਕਿੰਨੇ ਹੁੰਦੇ ਨੇ 10 ਦੀ ਪਾਵਰ 11 ਗੈਲੈਕਸੀਆਂ ਕਿੰਨੀਆਂ ਹੁੰਦੀਆਂ ਨੇ ਉਹ ਵੀ 10 ਦੀ ਪਾਵਰ 11 ਸਟਾਰ ਟ੍ਰੇਲ ਪਲੈਨਟ ਕਿਹੜੇ ਕਿਹੜੇ ਹੁੰਦੇ ਨੇ ਐਮ ਬੀ ਈ ਐਮ ਮਤਲਬ ਮਰਕਰੀ ਵੀਨਸ ਅਰਥ ਮਾਰਸ ਅੱਗੇ ਆ ਗਈ ਸੈਟੇਲਾਈਟਸ ਸੈਟੇਲਾਈਟਸ ਕਿਹੜੀਆਂ ਹੁੰਦੀਆਂ ਨੇ ਜਿਹੜੀਆਂ ਧਰਤੀ ਦੇ ਦੁਆਲੇ ਘੁੰਮਦੀਆਂ ਨੇ ਨੈਚੁਰਲ ਵੀ ਹੁੰਦੀਆਂ ਨੇ ਆਰਟੀਫੀਸ਼ੀਅਲ ਵੀ ਹੁੰਦੀਆਂ ਨੇ ਨੈਚੁਰਲ ਕਿਹੜੀ ਐ ਮੂਨ ਅੱਗੇ ਕੁਝ ਗੱਲਾਂ ਯਾਦ ਰੱਖਣੀਆਂ ਨੇ ਬਲੈਕ ਹੋਲ ਕੀ ਹੁੰਦਾ ਇੱਕ ਕਦੋਂ ਬਣਦਾ ਜਦੋਂ ਕੋਈ ਤਾਰਾ ਮਰ ਜਾਂਦਾ ਕਾਮੇਟ ਜਦੋਂ ਟੁੱਟਿਆ ਹੋਇਆ ਤਾਰਾ ਉਹਨੂੰ ਕਹਿੰਦੇ ਨੇ ਕਾਮੇਟ ਬਿਗ ਬੈਂਗ ਉਹ ਕੀ ਹੁੰਦੀ ਹੈ ਜਦੋਂ ਕੋਈ ਤਾਰਾ ਫਟ ਜਾਵੇ ਫਟ ਜਾਵੇ ਬ੍ਰਸਟ ਮਤਲਬ ਫਟ ਜਾਵੇ ਅੱਗੇ ਆ ਗਿਆ ਜੀ ਵਾਟਰੀ ਪਲੈਨਟ ਜਿਸ ਚ ਪਾਣੀ ਹੈ ਜਿਹਦੇ ਤੇ ਉਹ ਤਾਂ ਪਤਾ ਹੀ ਆਪਾਂ ਨੂੰ ਧਰਤੀ ਆਪਣੀ ਮੈਸੇਂਜਰ ਸੈਟੇਲਾਈਟ ਹੈਜ਼ ਬੀਨ ਲੌਂਚਡ ਬਾਈ ਨਾਸਾ ਫਾਰ ਦਾ ਸਟੱਡੀ ਆਫ ਇਹ ਲੌਂਚ ਕੀਤੀ ਹੈ ਨਾਸਾ ਨੇ ਤੇ ਕਿਹਦੀ ਸਟੱਡੀ ਦੇ ਲਈ ਮਰਕਰੀ ਦੀ ਫਿਰ ਅਗਰ ਆ ਗਿਆ ਜੀ ਕੁਐਸਚਨ ਵਿਚ ਆਫ ਦਾ ਫੋਲੋਇੰਗ ਇਜ਼ ਇੰਡੀਕੇਟਿਡ ਬਾਈ ਦਾ ਕਲਰ ਆਫ ਦਾ ਸਟਾਰ ਕੁਐਸਚਨ ਇੰਪੋਰਟੈਂਟ ਹੈ ਇਹਨਾਂ ਦੇ ਵਿੱਚ ਉਹ ਕਹਿੰਦਾ ਸਟਾਰ ਦੇ ਕਲਰ ਨੂੰ ਇੰਡੀਕੇਟ ਕਿਹੜਾ ਕਰਦਾ ਟੈਂਪਰੇਚਰ ਆਪਾਂ ਕਰ ਚੁੱਕੇ ਮਿਲਕੀ ਵੇ ਫਰਸਟ ਸੀਨ ਬਾਈ ਗਲੀਲੀਓ ਹੈਲਿਸ ਕੋਮੇਟ ਹੈਲਿਸ ਕੋਮੇਟ ਜਿਹੜਾ ਹੈ ਕਿੰਨੇ ਸਾਲਾਂ ਬਾਅਦ ਦੁਬਾਰਾ ਦਿਖਦਾ ਹੈ 76 ਸਾਲਾਂ ਬਾਅਦ ਇਹ ਘਟਨਾ ਦੁਬਾਰਾ ਹੁੰਦੀ ਹੈ ਮਾਸ ਆਫ ਜੁਪੀਟਰ ਮਾਸ ਆਫ ਜੁਪੀਟਰ ਕਿੰਨਾ ਹੁੰਦਾ ਇਹ 1300 ਟਾਈਮਸ ਆਫ ਹਜ਼ਾਰ 1300 ਟਾਈਮਸ ਦਾ ਹੁੰਦਾ ਹੈ ਅਰਥ ਦਾ ਹਯਾਰ ਟਾਈਮਸ ਆਫ ਮਾਸ ਆਫ ਸਨ ਹੁੰਦਾ ਇਹ ਯਾਦ ਰੱਖਣਾ ਬ੍ਰਾਈਟੈਸਟ ਇਹ ਪੜ ਚੁੱਕੇ ਵੀਨਸ ਸਭ ਤੋਂ ਚਮਕੀਲਾ ਆਗਰ ਹੈ ਮਾਰਨਿੰਗ ਸਟਾਰ ਕਿਹਨੂੰ ਕਿਹਾ ਜਾਂਦਾ ਹੈ ਵੀਨਸ ਨੂੰ ਵਧੀਆ ਕੁਐਸਚਨ ਨੇ ਇਹ ਸਾਰੇ ਅਰਥ ਟਵਿਨ ਅਰਥ ਦੀ ਟਵਿਨ ਕੌਣ ਕਿਹਨੂੰ ਕਿਹਾ ਜਾਂਦਾ ਹੈ ਵੀਨਸ ਕਾਮੇਟ ਰਿਵੋਲਵ ਅਰਾਊਂਡ ਕਾਮੇਟ ਕਿਹਦੇ ਦੁਆਰਾ ਆਲੇ ਦੁਆਲੇ ਘੁੰਮਦੇ ਨੇ ਸਨ ਦੇ ਦੁਆਲੇ ਤੇ ਲਾਸਟ ਆਪਣਾ ਜਿਹੜਾ ਆ ਗਿਆ the planets that have no natural satellites ਕਿਹੜੇ ਪਲੈਨਟ ਨੇ ਜਿਨ੍ਹਾਂ ਦੀ ਕੋਈ ਨੇਚਰਲ ਸੈਟੇਲਾਈਟ ਨਹੀਂ ਹੁੰਦੀ ਮਰਕਰੀ ਐਂਡ ਵੀਨਸ ਟਾਈਮ रिक्वायर्ड बाय Moon light to reach earth ਅਰਥ ਤੱਕ ਪਹੁੰਚਣ ਦੇ ਲਈ ਮੂਨ ਲਾਈਟ ਨੂੰ ਕਿੰਨਾ ਟਾਈਮ ਲੱਗਦਾ 1.3 ਸੈਕਿੰਡ ਸੈਟਰਨ ਰਿੰਗਸ ਸ਼ਨੀ ਦੇ ਜਿਹੜੇ ਰਿੰਗ ਨੇ ਗੋਲੇ ਇਸ ਤਰ੍ਹਾਂ ਦੇ ਉਹਨਾਂ ਦੀ ਖੋਜ ਕਿਹਨੇ ਕੀਤੀ ਗਲੀਲੀਓ ਨੇ the only planet whose period of rotation is longer than the period of revolution around the sun kida zyada hunda hai around the sun venus maximum number of satellites kidiyan ne saturn diyan 82 dusre number te jupiter diyan 79 outer most layer of sun e bhi important question hai sun di sab ton bahar li layer nu ki keha janda hai corona ਫਿਰ ਗ੍ਰੇਟ ਬੀਅਰ ਇਜ਼ ਕੀ ਹੈ ਇਹ ਗ੍ਰੇਟ ਬੀਅਰ ਕੰਸਟੇਲੇਸ਼ਨ ਠੀਕ ਹੈ ਜੀ ਇਹਦੇ ਨਾਲ ਜਿਹੜੀ ਆਪਣੀ ਇਹ ਸਾਇੰਸ ਦੀ ਪਹਿਲੀ ਕਲਾਸ ਸੀਗੀ ਉਹ ਕੰਪਲੀਟ ਹੋਈ ਮੈਂ ਦੂਜੀ ਵੀਡੀਓ ਚ ਵੀ ਬੋਲਿਆ ਸੀਗਾ ਵੀ ਜਿਹੜੇ ਬੱਚੇ ਹੋਰ ਨੋਟਸ ਪੜ੍ਹਨਾ ਚਾਹੁੰਦੇ ਨੇ ਉਹ ਇਸ ਨੰਬਰ ਤੇ WhatsApp ਗਰੁੱਪ ਜੁਆਇਨ ਕਰ ਸਕਦੇ ਨੇ ਫ੍ਰੀ ਆਫ ਕਾਸਟ ਆਪਾਂ ਇਹਦੇ ਤੇ ਆਪਾਂ ਨੋਟਸ ਪ੍ਰੋਵਾਈਡ ਕਰ ਸਕਦੇ ਹਾਂ ਕਿਉਂਕਿ ਵੀਡੀਓਜ਼ ਦੋ ਹੀ ਪੈ ਸਕਦੀਆਂ ਨੇ ਇੱਕ ਦਿਨ ਦੇ ਵਿੱਚ ਤੇ ਦਿਨ ਤੁਹਾਡੇ ਕੋਲ 22 ਨੇ 22 ਦਿਨ ਦੇ ਵਿੱਚ 44 ਵੀਡੀਓਜ਼ ਪੈਣਗੀਆਂ ਸਿਲੇਬਸ ਜ਼ਿਆਦਾ ਏ ਤਾਂ ਹੁਣ ਤੁਸੀਂ ਦੇਖ ਲਓ ਕਿਵੇਂ ਪੜਨਾ ਬਾਕੀ ਤੁਹਾਡੀ ਮਰਜ਼ੀ ਅਗਰ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਬਾਏ